बीते कल जलंधर दे विच एक बजुर्ग औरत दे कतल दा मामला सामने आया। दस दिए कि बजुर्ग औरत दा बेरहमी दे नाल कतल कर दिता गया ते बजुर्ग औरत दा जदों कतल कीता गया तां उसदे हाथ भी बन्ने होए सन ते पुलिस दा मानना है कि यह साजिश के तहत मर्डर किया गया है, ना कि लुट का मामला है। कई लोगों का कहना सी कि इस घर के विच लुट हुई है, पर जदों पुलिस ने तफतीश की तो उत्थे कोई भी लुट के निशान नहीं आए, क्योंकि बजुर्ग औरत के हाथ बन्ने हुए सन ते सोने की चेन भी उत्थे पई सी, पर समान जरूर खिलिया होया सी। ते नाल ही पुलिस जलंधर पुलिस इस मामले की जांच कतल दे एंगल दे नाल करती नजर आ रही है। ਬਲਵੀਰ ਕੌਰ ਹੈ, ਵਾਈਫ ਆਫ ਪੂਰਨ ਸਿੰਘ, ਇਹਨਾਂ ਦੇ ਹਸਬੈਂਡ ਦੀ ਕਰੀਬ 6-7 ਸਾਲ ਪਹਿਲੇ ਡੈਥ ਹੋ ਗਈ ਸੀ। ਇਹ ਹੁਣ ਮੁਹੱਲੇ 'ਚ ਦੱਸ ਰਹੇ ਆ ਕਿ ਜ਼ਿਆਦਾਤਰ ਇਕੱਲੇ ਰਹਿੰਦੇ ਸੀਗੇ, ਇਹਨਾਂ ਦਾ ਕੋਈ ਕਰਦਾ ਕਿਸਾਨ ਨਹੀਂ, ਜਿੱਥੇਦਾਰ ਵੀ ਕਹਿੰਦੇ ਸੀ, ਜਿੱਥੇਦਾਰ ਵੀ ਕਹਿੰਦੇ ਸੀ। ਸੋ ਇਹਦੇ ਵਿੱਚ ਅਸੀਂ ਜਿਹੜਾ ਇਹਦੇ ਵਿੱਚ ਅਸੀਂ ਹੁਣ ਇਹਦਾ ਜਿਹੜਾ ਆ ਕੇ ਸੀਨ ਆਫ ਕ੍ਰਾਈਮ ਇੰਸਪੈਕਟ ਵੇਖਿਆ ਅਤੇ ਵਾਕਈ ਜਿਹੜਾ ਇੱਕ ਮਰਡਰ ਹੈ, ਅਸੀਂ ਹੁਣ ਜਿਹੜਾ ਇਹਦੇ ਮਰਡਰ ਦਾ ਜਿਹੜੀ FIR ਜਿਹੜੀ ਦਰਜ ਕਰਕੇ ਤਫਤੀਸ਼ ਕਰਾਂਗੇ। ਸਾਡੇ ਕੋਲ ਜਿਹੜਾ ਇਹਨਾਂ ਦਾ ਜਿਹੜਾ ਡਾਇਰੀ ਮਿਲੀ ਹੈ, ਜਿਹਦੇ ਵਿੱਚ ਅਸੀਂ ਨਾਮ ਵਗੈਰਾ ਜਿਹੜੇ ਇਹਨਾਂ ਦੀ ਫੈਮਿਲੀ ਬੈਕਗਰਾਉਂਡ ਜਨਰਲੀ ਇਹਨਾਂ ਦਾ ਪਿੰਡ ਖੁੱਸੇ ਆ ਪਿੱਛੇ, ਉੱਥੇ ਗੱਲਬਾਤ ਕਰਕੇ ਅਤੇ ਇਹਦਾ ਵੇਖਾਂਗੇ ਕਿਹੜੇ ਕਿਹੜੇ ਬੰਦਿਆਂ ਦਾ ਇਹਦਾ ਜਿਹੜਾ ਸੀਗਾ ਕਹਿਣਾ, ਫਿਰ ਅਸੀਂ ਇਹ ਕੇਸ ਨੂੰ ਜਲਦੀ ਹੀ ਬ੍ਰੇਕ ਕਰਾਂਗੇ। ਇਹਦੇ ਦੱਸਿਆ ਜਾਂਦਾ ਕਿ ਅੰਦਰ ਲੁੱਟ ਖੋ ਵੀ ਹੋਈ ਹੈ, ਲੁੱਟ ਖੋ ਹੋਈ ਹੁੰਦੀ ਅਤੇ ਉਹਦੀ ਉੱਥੇ ਚੇਨ ਜਿਹੜੀ ਗਲੇ ਦੀ ਸੀ, ਉਹਦੀ ਚੇਨ ਉਹਦੀ ਬਿਲਕੁਲ ਉੱਥੇ ਸਾਹਮਣੇ ਮੰਜੀ 'ਤੇ ਪਈ ਸੀ ਜਿਹੜੀ ਸੋਨੇ ਦੀ ਚੇਨ, ਲੁੱਟ ਖੋ ਵਾਲੀ ਕੋਈ ਗੱਲ ਨਹੀਂ ਆਈ ਸਾਹਮਣੇ, ਕਿਉਂਕਿ ਅਦਰਵਾਈਜ਼ ਉੱਥੇ ਚੇਨ ਦਾ ਕੋਈ ਉੱਥੇ ਰਹਿਣਾ ਕੋਈ ਗੱਲ ਨਹੀਂ ਬਣਦੀ, ਇੱਥੋਂ ਸਾਨੂੰ ਸਭ ਤੋਂ ਨਾ ਸਿਰਫ ਉਹਦੀ ਜਿਹੜੀ ਚੇਨ ਸੀਗੀ, ਚੇਨ ਉਹਦੀ ਜਿਹੜੀ ਉਹ ਸਰਾਣੇ ਦੇ ਉੱਤੇ ਬਿਲਕੁਲ ਕਲੀਅਰ ਕੱਟ ਸਾਹਮਣੇ ਰਹੀ ਸੀ, ਹੋਰ ਅੰਦਰੋਂ ਕੋਈ ਸਮਾਨ ਜਿਹੜਾ ਹੋਰ ਅੰਦਰੋਂ ਕੋਈ ਸਮਾਨ ਨਹੀਂ ਗਿਆ, ਥੋੜ੍ਹਾ ਸਮਾਨ ਆ ਛੋਟਾ ਹੋ ਗਿਆ, ਡੇਢ ਦੋ ਮਰ ਗਿਆ ਤਿੰਨ ਦੋ ਕਿਲੇ ਜੀ। ਤੇ ਜਲੰਧਰ ਦੇ ਵਿੱਚ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਨਾਲ ਦੇ ਨਾਲ ਹੀ ਹੁਣ ਪੁਲਿਸ ਵੀ ਜਾਂਚ ਦੇ ਵਿੱਚ ਜੁੱਟ ਗਈ ਹੈ ਕਿ ਲੁੱਟ ਦੇ ਮਾਮਲੇ ਦੇ ਨਾਲ ਸੀ ਜਾਂ ਫਿਰ ਕਤਲ ਦੇ ਸਾਜਿਸ਼ ਤਹਿਤ ਕਤਲ ਕੀਤਾ ਗਿਆ ਹੈ। ਦੱਸ ਦਈਏ ਕਿ ਬੀਤੇ ਕੱਲ੍ਹ ਇਹ ਕਤਲ ਜਲੰਧਰ ਦੇ ਵਿੱਚ ਹੋਇਆ ਅਤੇ ਬਜ਼ੁਰਗ ਔਰਤ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ।